ਕਦੇ ਪਾਣੀ ਨੂੰ ਤਰਸਦੇ ਲੋਕ ਅੱਜ ਪਾਣੀ ਦੀ ਮਾਰ ਚੱਲ ਰਹੀ ਦੀ ਤੇ ਇਸ ਪਾਣੀ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ ਸਰਕਾਰਾਂ ਦੇ ਦਾਅਵਿਆਂ ਦੀ ਉਹ ਦਾਅਵੇ ਜੋ ਹੁਣ ਝੂਠੇ ਸਾਬਤ ਹੋ ਰਹੇ ਨੇ ਇਸ ਫਿਲਹਾਲ ਸੀ ਖੜੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਧੀਪੁਰ ਦੇ ਵਿੱਚ ਤੇ ਮੇਰੇ ਠੀਕ نیچے ਜਿੱਥੇ ਮੈਂ ਖੜਾ ਹਾਂ ਇਹ ਇੱਕ ਕੱਚਾ ਬੰਨ ਬਣਾਇਆ ਗਿਆ ਹੈ ਮੇਰੇ ਖੱਬੇ ਹੱਥ ਨੂੰ ਜੇਕਰ ਕੈਮਰਾ ਪਰਸਨ ਕੈਮਰਾ ਕਰੇ ਤਾਂ ਸਤਰੂਜ ਦਰਿਆ ਤੁਸੀਂ ਵੇਖ ਸਕਦੇ ਹੋ ਜੋ ਕਿ ਪੂਰੇ ਉਫਾਨ ਤੇ ਹੈ ਫਿਲਹਾਲ ਲੰਘਦੇ ਸਾਲਾਂ ਦੇ ਨਾਲ ਨਾਲ ਸਤਰੁਜ ਨੇ ਆਪਣਾ ਰਾਹ ਵੀ ਚੌੜਾ ਤਾਂ ਕੀਤਾ ਪਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸਰਕਾਰ ਦੇ ਦਾਅਵਿਆਂ ਦੀ ਪੂਲ ਵੀ ਖੋਲ ਕੇ ਰੱਖ ਦਿੱਤੀ ਦਰਅਸਲ ਜੋ ਇਹ ਕੱਚਾ ਬੰਦ ਬਣਾਇਆ ਗਿਆ ਸੀ ਉਹ ਜਿੱਥੇ ਅਸੀਂ ਖੜੇ ਹਾਂ ਉਸ ਤੋਂ ਠੀਕ 5-6 ਫੁੱਟ ਅੱਗੇ ਟੁੱਟ ਚੁੱਕਾ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਤੇ ਜੇਕਰ ਮੀ ਹੋਰ ਪੈਂਦਾ ਹੈ ਸਤ루ਜ ਦਾ ਪਾਣੀ ਦਾ ਜੋ ਲੈਵਲ ਹੈ ਉਹ ਹੋਰ ਵੱਧਦਾ ਹੈ ਤਾਂ ਇਹ ਜੋ ਬਾਕੀ ਬਚਿਆ ਹੋਇਆ ਕੱਚਾ ਬੰਨ ਹੈ ਇਹ ਵੀ ਬੇਸ਼ੱਕ ਹੀ ਟੁੱਟ ਜਾਵੇਗਾ ਪਪੂਲਰ ਦਾ ਪੇੜ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਾਲਾਂਕਿ ਜੋ ਇਥੋਂ ਦੇ ਵਸਨੀਕ ਨੇ ਉਹ ਦੱਸਦੇ ਨੇ ਕਿ ਕੱਚਾ ਬੰਨ ਪਰਲੇ ਕੰਡੇ ਤੱਕ ਬਣਿਆ ਹੋਇਆ ਸੀ ਲੇਕਿਨ ਜੋ ਹਾਈਟ ਹੈ ਪਪੂਲਰ ਤੱਕ ਉਹ ਨਿਮੀ ਰੱਖੀ ਗਈ ਸੀ ਉਸ ਨੂੰ ਬਣਾਇਆ ਨਹੀਂ ਗਿਆ ਉਸ ਤੋਂ ਅੱਗੇ ਫਿਰ ਕੱਚਾ ਬੰਨ ਬਣਾਇਆ ਗਿਆ ਸੀ ਪਰ 1690 ਫੀਟ ਦਾ ਜੋ ਲੈਵਲ ਪਾਖੜਾ ਡੈਮ ਦਾ ਹੈ 1685 ਤੱਕ ਜੋ BBMB ਯਾਨੀ ਕਿ ਜੋ ਮੈਨੇਜਮੈਂਟ ਹੈ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਉਹ 1685 ਫੀਟ ਤੱਕ ਹੀ ਰੱਖਦੀ ਹੈ ਅੱਜ 1682 ਫੀਟ ਹੋਇਆ ਪਾਣੀ ਲਗਾਤਾਰ ਪਾਖੜਾ ਡੈਨ ਤੋਂ ਛੱਡਿਆ ਜਾ ਰਿਹਾ ਹੈ ਜਿਸ ਪਾਣੀ ਕਰਕੇ ਕੀ ਸਤਲੁਜ ਦਾ ਜੋ ਲੈਵਲ ਸੀ ਉਹ ਵਧਿਆ ਤੇ ਇਹ ਖੇਤਾਂ ਵੱਲੋਂ ਕਈ ਪਿੰਡ ਇਸ ਪਾਣੀ ਨੇ ਆਪਣੀ ਹੱਥ ਦੇ ਵਿੱਚ ਲੈ ਲਈ ਨਹੀਂ ਕਈ ਖੇਤਾਂ ਨੂੰ ਤਬਾਹ ਕਰ ਦਿੱਤਾ ਝੋਨੇ ਦੀ ਫਸਲ ਲੱਗੀ ਸੀ ਉਸ ਨੂੰ ਤਬਾਹ ਕਰ ਦਿੱਤਾ ਸਾਡੇ ਨਾਲ ਇਸ ਵੇਲੇ ਸਾਡੇ ਸਹਿਯੋਗੀ 24 ਲਤਾਵਾ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ 24 ਕਿੰਨੇ ਕੁ ਪਿੰਡਾਂ ਦੇ ਵਿੱਚ ਸਤ루ਜ ਦੇਸ਼ ਪਾਣੀ ਦੀ ਜੋ ਮਾਰ ਪਈ ਹੈ ਜਿ 근 ਦਰਜਨਾ ਪਿੰਡ ਨੇ ਜੋ ਲੋਧੀਪੁਰ ਸਾਹਿਬ ਲੋਧੀਪੁਰ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਖੇਤਰ ਦੇ ਨਾਲ ਨੇ ਸਤਲੁਜ ਦਰਿਆ ਦੇ ਨਾਲ-ਨਾਲ ਜਾਂਦੇ ਹੋਏ ਕਰੀਬਨ ਦਰਜਨਾ ਹੀ ਜੇ ਗੱਲ ਕਰ ਲਈ ਜਾਵੇ ਤਾਂ ਮੋਸਟਲੀ ਹੋ ਸਕਦਾ ਹੈ ਵੀ ਇਹ 40 ਤੋਂ 50 ਪਿੰਡ ਜਿਹੜੇ ਛੋਟੇ-ਛੋਟੇ ਪਿੰਡ ਨੇ ਦਰਿਆ ਦੇ ਕੰਢੇ ਤੇ ਐ ਉਹ ਸਾਰੇ ਜਿਹੜੇ ਐ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਸਤਲੁਜ ਦਾ ਬੰਨ ਤੁਸੀਂ ਆ ਮੇਰੇ ਪਿੱਛੇ ਦੇਖਿਆ ਜਿਵੇਂ ਕਿ ਭਾਗੜਾ ਡੈਮ ਬਲੋ ਅੱਜ ਦੇ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ 54800 ਕਿਊਸਿਕ ਜੋ ਹੈ ਪਾਣੀ ਛੱਡਿਆ ਗਿਆ ਸੀ ਉਹ ਪਾਣੀ ਬੰਨ ਦੇ ਨਾਲ ਨਾਲ ਕ੍ਰੇਟਵਾਲ ਨਾ ਹੋਣ ਕਾਰਨ ਤਾਂ ਬੰਨ ਜੋ ਲੋਕਾਂ ਨੇ ਵੀ ਬਣਾਇਆ ਹੈ ਪ੍ਰਸ਼ਾਸਨ ਨੇ ਵੀ ਬਣਾਇਆ ਹੈ ਜੇ ਪ੍ਰਸ਼ਾਸਨ ਨੇ 2 ਫੁੱਟ ਦੀ ਮਿੱਟੀ ਪਾਈ ਹੈ ਤਾਂ ਲੋਕਾਂ ਨੇ ਪਰਸਨਲੀ ਤੌਰ ਤੇ ਉਹ ਮਿੱਟੀ ਨੂੰ ਬੰਨ ਬਣਾਇਆ 7-7 8-8 ਫੁੱਟ ਦੇ ਬੰਨ ਬਣਾਏ ਹੈ ਪਰ ਉਹ ਚਿਕਨੀ ਮਿੱਟੀ ਹੋਣ ਕਰਕੇ ਪਾਣੀ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਤੇ ਜਿਸ ਕਾਰਨ ਉਹ ਮਿੱਟੀ ਆਪਣੇ ਨਾਲ ਪਾਣੀ ਵੀ ਮਿੱਟੀ ਹੜਾ ਗਿਆ ਤੇ ਜਿਸ ਕਾਰਨ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਸਾਹਮਣੇ ਇੱਕ ਬਿਲਕੁਲ ਕਰਵਜ਼ ਹੈ ਕਰਵ ਦੇ ਦਰਿਆ ਜਦੋਂ ਕਰਵ ਲੈਂਦਾ ਹੈ ਤੇ ਉਹ ਇਧਰ ਨੂੰ ਫਲੋ ਉਹਦਾ ਪਿੰਡਾਂ ਦੇ ਵਿੱਚ ਚੱਲ ਗਿਆ ਤੇ ਪਿੰਡਾਂ ਦੇ ਵਿੱਚ ਜਿਹੜੇ ਰਹਿਣ ਬਸੇਰੇ ਨੇ ਲੋਕਾਂ ਦੇ ਘਰਾਂ ਦੇ ਵਿੱਚ 5 6 6 ਫੁੱਟ ਜੋ ਹੈ ਪਾਣੀ ਇੱਥੇ ਇੱਥੇ ਤੱਕ ਆ ਚੁੱਕਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਹਾਲੇ ਤੱਕ ਮਦਦ ਉਹਨਾਂ ਲੋਕਾਂ ਦੀ ਕੀਤੀ ਜਾ ਰਹੀ ਹੈ ਜਾਂ ਫਿਰ ਨਹੀਂ ਨਹੀਂ ਪ੍ਰਸ਼ਾਸਨ ਵੱਲੋਂ ਮਦਦ ਜ਼ਰੂਰ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਦੇ ਵਿੱਚ ਮੇਰੇ ਸਾਬ ਨਾਲ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਸਾਨੂੰ ਬਤੌਰ ਪੱਤਰਕਾਰ ਪਿੰਡ ਵਾਸੀ ਸਾਨੂੰ ਦੱਸਦੇ ਨੇ ਵੀ ਪ੍ਰਸ਼ਾਸਨ ਦੇ ਕੋਲ ਇੰਨੇ ਲੋਕ ਨਹੀਂ ਆਂਦੇ ਪਰ ਫਿਰ ਵੀ ਕਿਤੇ ਨਾ ਕਿਤੇ ਐਸਜੀਪੀਸੀ ਵੱਲੋਂ ਤੇ ਕਾਰ ਸੇਵਾ ਵਾਲੇ ਜੋ ਬਾਬੇ ਨੇ ਉਹ ਕਾਰ ਸੇਵਾ ਵਾਲੇ ਇੱਥੇ ਲੋਕਾਂ ਨੂੰ ਲੰਗਰ ਪ੍ਰੋਵਾਈਡ ਕਰ ਰਹੇ ਨੇ ਰਹਿਣ ਸਹਿਣ ਵਾਸਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਲੋਕਾਂ ਦੇ ਘਰਾਂ ਤੱਕ ਜਾ ਰਹੇ ਨੇ ਲੋਕ ਆਪਣੇ ਘਰਾਂ ਦੀ ਛੱਤਾਂ ਤੇ ਨੇ ਪਰ ਨਾਲ ਨਾਲ ਇਹਨਾਂ ਲੋਕਾਂ ਦੀ ਤਰਾਸਦੀ ਇਹ ਹੈ ਕਿਉਂਕਿ ਇਹ ਸਿਰਫ ਖੇਤੀਬਾੜੀ ਔਰ ਦਧਾਰੂ ਪਸ਼ੂਆਂ ਤੇ ਨਿਰਭਰ ਨੇ ਜੁਧਾਰੂ ਪਸ਼ੂਆਂ ਤੇ ਨਿਰਭਰ ਹੋਣ ਕਾਰਨ ਉਹਨਾਂ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ ਕਿੰਿਆਂ ਦੇ ਤਾਂ ਪਸ਼ੂ ਵੀ ਜੋ ਨੇ ਹੜ ਦੇ ਵਿੱਚ ਰੁੜ ਗਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਪਸ਼ੂ ਹੈ ਕਿੱਥੇ ਨੇ ਜੀ ਬਿਲਕੁਲ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੋਣ ਕਾਰਨ ਹੜ ਦੇ ਵਿੱਚ ਪਸ਼ੂ ਤਾਂ ਰੁੜ ਗਏ ਨੇ ਪਰ ਜੋ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਪਸ਼ੂਆਂ ਨੂੰ ਬਚਾ ਲਿਆ ਉੱਚੀ ਥਾਂ ਤੇ ਲੈ ਕੇ ਗਏ ਨੇ ਜਾਂ ਕਿਸੇ ਇੱਕ ਥਾਂ ਤੇ ਲੋਕਾਂ ਨੇ ਕਰਤੇ ਨੇ ਉਹਨਾਂ ਵਾਸਤੇ ਪਾਣੀ ਹੋਣ ਕਾਰਨ ਚਾਰਾ ਵੀ ਨਹੀਂ ਹੈ ਤੇ ਚਾਰੇ ਦੀ ਸੇਵਾ ਜੋ ਹੈ ਕਾਰ ਸੇਵਾ ਵਾਲੇ ਬਾਬੇ ਜਿਹੜੇ ਐ ਜਾਂ ਫਿਰ ਹੋਰ ਕਈ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਉਹ ਜਿੱਦਾਂ ਕਿ ਲੰਗਰ ਲੈ ਕੇ ਆ ਰਹੀਆਂ ਉਦਾਂ ਹੀ ਦੁਧਾਰੂ ਪਛਿਆ ਵਾਸਤੇ ਚਾਰਾ ਵੀ ਉਹ ਪ੍ਰੋਵਾਈਡ ਕਰ ਰਹੀਆਂ ਨੇ ਲੇਕਿਨ ਜੋ ਇਹ ਕੱਚਾ ਬੰਦ ਬਣਾਇਆ ਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਸ ਨੂੰ ਪੱਕਾ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਫੰਡ ਦਾ ਪੂਰਾ ਮੇਰੇ ਖਿਆਲ ਚ ਜੋ ਹੈ ਰਿਲੀਜ਼ ਕੀਤਾ ਗਿਆ ਹੋਣਾ ਹੈ ਫਿਰ ਨਲਕੀ ਕਿਉਂ ਜੀ ਬਿਲਕੁਲ ਫੰਡ ਰੀਲਿਸ ਕੀਤਾ ਜਾ ਰਿਹਾ ਹੈ ਕੱਲ ਮੁੱਖ ਮੰਤਰੀ ਕੈਪਟਨ ਅਮੰਦਰ ਸਾਹਿਬ ਵੀ ਰੋਪੜ ਆਏ ਸੀ 100 ਕਰੋੜ ਰੁਪਏ ਦੀ ਉਹਨਾਂ ਨੇ ਰਾਸ਼ੀ ਜਾਰੀ ਕੀਤੀ ਗਈ ਹੈ ਮੈਨੂੰ ਇੰਜ ਲੱਗਦਾ ਹੈ ਕਿ ਇਹਨਾਂ ਨੇ ਕ੍ਰੇਟਵਾਲ ਜਿਹੜੀ ਹੈ 2-2 ਜਾਂ 3-3 ਫੁੱਟ ਪ੍ਰਸ਼ਾਸਨ ਨੇ ਲਗਾਈ ਗਈ ਸੀ ਜੋ ਪਹਿਲਾਂ ਹੀ ਕ੍ਰੇਟਵਾਲ 6-6 ਜਾਂ 7-7 ਫੁੱਟ ਲਗਾਈ ਜਾਂਦੀ ਔਰ ਜਿੱਥੇ ਤੱਕ ਦਰਿਆ ਚੈਨਲਾਈਜ਼ ਕਰਨ ਦੀ ਲੋੜ ਹੈ ਕਿਉਂਕਿ ਹਿਮਾਚਲ ਦੇ ਵਿੱਚ ਦਰਿਆ ਪੂਰਾ ਚੈਨਲਾਈਜ਼ ਹੋ ਗਿਆ ਹੈ ਹਿਮਾਚਲ ਦੇ ਵਿੱਚ ਕਦੇ ਹੜ ਨਹੀਂ ਆਂਦਾ ਹਰੇਕਿ ਪਾਣੀ ਹਿਮਾਚਲ ਦੇ ਵਿੱਚ ਸਾਡੇ ਨਾਲੋਂ ਵੱਧ ਹੈ ਪਰ ਹਿਮਾਚਲ ਦੇ ਵਿੱਚ ਹੜ ਨਹੀਂ ਆਂਦਾ ਹੜ ਐਨਾ ਕ੍ਰਿਪ 15 ਸਾਲ ਹੋ ਗਏ ਹੜ੍ਹ ਦੀ ਸਮੱਸਿਆ ਇੱਥੇ ਆਂਦੀ ਹੋਈ ਆਂਦੀ ਹੈ ਕਈ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਹੈ ਉਹ ਦਰਿਆ ਦੇ ਵਿੱਚ ਹੜ੍ਹ ਰਹੀਆਂ ਕੋਈ ਕਹਿੰਦਾ ਮੇਰੀ ਸਾਹਮਣੇ ਜ਼ਮੀਨ ਸੀ ਉਹ ਪਾਣੀ ਦੇ ਵਿੱਚ ਹੈ ਨਾ ਹੀ ਉੱਥੇ ਖੇਤੀ ਕੀਤੀ ਜਾਂਦੀ ਹੈ ਨਾ ਹੀ ਉੱਥੇ ਕੁਝ ਵੱਡਾ ਕਾਰਨ ਹੈ ਕਿ ਨਲਾਕੀ ਸਰਕਾਰਾਂ ਦੀ ਕਿਉਂਕਿ 100 ਕਰੋੜ ਜਿਵੇਂ ਸਾਡੇ ਸਾਥੀ ਨੇ ਵੀ ਦੱਸਿਆ ਕਿ ਕਪਟਨ ਅਮਿੰਦਰ ਸਿੰਘ ਵੱਲੋਂ ਐਲਾਨਿਆ ਗਿਆ ਹੈ ਪਰ ਕੀ ਫਾਇਦਾ 100 ਕਰੋੜ ਦਾ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਜੋ ਕਮਾਈ ਸੀ ਉਹ ਪਾਣੀ ਦੇ ਵਿੱਚ ਛੜ ਗਈ 100 ਕਰੋੜ ਨਾਲ ਉਹ ਮਿਹਨਤ ਉਹ ਸਮਾਂ ਵਾਪਸ ਨਹੀਂ ਆਵੇਗਾ ਜੇ ਇਸ ਵਿੱਚੋਂ ਯਾਨੀ ਕਿ 100 ਕਰੋੜ ਚੋਂ ਕੁਝ ਪੈਸੇ ਨਾਲ ਹੀ ਇਹ ਕੱਚੇ ਬੰਨਾਂ ਨੂੰ ਪੱਕਾ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਆ 100 ਕਰੋੜ ਰੁਪਏ ਦਾ ਐਲਾਨ ਕਰਨ ਦੀ ਨੌਬਤ ਹੀ ਨਾ ਆਂਦੀ ਪਰ ਇੱਥੇ ਲੋਕਲ ਲੋਕਲ ਜੋ ਨੁਮਾਇंदे ਨੇ ਲੋਕਲ ਜੋ ਲੋਕ ਨਿਵਾਸੀ ਨੇ ਕੋਈ ਵੀ ਸਾਡੇ ਨਾਲ ਮੌਜੂਦ ਨੇ ਸਰ ਕਿਵੇਂ ਵੇਖਦੇ ਹੋ ਨਲਾਕੀ ਹੈ ਸਰਕਾਰ ਦੀ ਨਲਾਕੀ ਪੂਰੀ ਨਲਾਕੀ ਹੈ ਕਿਉਂਕਿ ਬਹੁਤ ਚਿਰ ਤੋਂ ਪੰਗਾ ਇੱਥੇ ਚੱਲ ਰਿਹਾ ਹੈਗਾ ਇਸ ਦੇ ਬਾਰੇ ਕੋਈ ਧਿਆਨ ਹੀ ਤਾਂ ਜਾਂਦਾ ਹੈ ਬਾਕੀ ਹੋਰ ਖਰਚੇ ਸਰਕਾਰ ਬਿਥੇਰੀ ਕਰਦੀ ਹੈ ਪਰ ਜਿਹੜੇ ਇਹ ਖਰਚੇ ਹੈਗੇ ਆਮ ਬੰਦਿਆਂ ਵਾਸਤੇ ਹੈਗੇ ਆ ਉਹਨਾਂ ਵਾਸਤੇ ਕੋਈ ਧਿਆਨ ਨਹੀਂ ਦਿੰਦੀ ਸਰਕਾਰ ਫਸਲਾਂ ਦਾ ਕਿੰਨਾ ਕਿ ਨੁਕਸਾਨ ਤੁਸੀਂ ਵੇਖ ਸਕਦੇ ਹੋ ਕਿ ਕਿਉਂਕਿ ਕਈ ਪਿੰਡਾਂ ਦੇ ਵਿੱਚ ਪਾਣੀ ਵੜਿਆ ਬਹੁਤ ਜ਼ਿਆਦਾ ਜਿਹੜੇ ਸਾਰੇ ਇੱਥੇ ਦੇ ਲੋਕ ਹੈਗੇ ਉਹ ਸਾਰੇ ਖੇਤੀ ਬਾੜੀ ਦੇ ਨਿਰਭਰ ਨੇ ਪਰ ਫਿਰ ਵੀ ਇਸ ਪ੍ਰਸ਼ਾਸਨ ਇਹਨਾਂ ਵੱਲ ਕੰਮਾਂ ਵਾਰ ਕੋਈ ਧਿਆਨ ਨਹੀਂ ਦਿੰਦਾ ਹੈਗਾ ਬਾਕੀ ਹੋਰ ਖਰਚੇ ਦੀ ਦੇਖਦੇ ਜੇ ਕਿੰਨੇ ਖਰਚੇ ਕਰਦੀ ਹੈ ਸਰਕਾਰ ਪਰ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਆਪਣੀ ਮौज-ਮਸਤੀਆਂ ਕਰਦੀ ਹੈ ਸਰਕਾਰਾਂ ਠੀਕ ਹੈ ਜੀ ਸਾਰੇ ਜਿਹੜੇ ਬੰਦੇ ਹੈ ਆਪਣੀ ਮौज-ਮਸਤੀ ਲੱਗੇ ਹੋਏ ਨੇ ਆ ਦੇਖੋ ਕਿੰਨਾ ਕੰਮ ਹੋ ਰਿਹਾ ਹਿਮਾਚਲ ਚ ਦੇਖ ਲਓ ਕਿੰਨਾ ਕੰਮ ਪਿੱਛੇ ਹੋਇਆ ਸਾਰਾ ਚੈਨਲ ਅੱਜ ਹੋਇਆ ਠੀਕ ਹੈ ਜੀ ਕਿੰਨਾ ਪਾਣੀ ਉੱਪਰ ਆਉਂਦਾ ਸਾਰੇ ਸੂਆ ਸਾਰੇ ਬਿਲਕੁਲ ਸੈੱਟ ਹੈ ਪਰ ਆ ਦੇਖੋ ਕਿੱਥੇ ਕਿੰਨੇ ਲੋਕ ਇੱਥੇ ਰਹਿ ਰਹੇ ਨਹੀਂ ਜਦਕਿ ਸੂਆਾਂ ਦੇ ਵਿੱਚ ਕੋਈ ਲੋਕ ਵੀ ਨਹੀਂ ਰਹਿੰਦਾ ਫਿਰ ਵੀ ਉੱਥੇ ਕਿੰਨਾ ਵਧੀਆ ਤਰੀਕੇ ਨਾਲ ਕੰਮ ਹੋਇਆ ਹੈ ਹਿਮਾਚਲ ਸਰਕਾਰ ਦਾ ਔਰ ਪੰਜਾਬ ਸਰਕਾਰ ਦਾ ਦੇਖ ਲਓ ਤੁਸੀਂ ਕਿੰਨੇ ਚਿਰ ਤੋਂ ਇਹੀ ਸਮੱਸਿਆ ਚੱਲਦੀ ਜਾ ਰਹੀ ਹੈ ਔਰ ਇਹ ਕੋਈ ਛੋਟੀ ਮੋਟੀ ਜਗ੍ਹਾ ਨਹੀਂ ਹੈਗੀ ਅਨੰਦਪੁਰ ਸਾਹਿਬ ਦੇ ਲੇਕਿਨ ਤਰਾਸਦੀ ਇਹ ਹੈ ਕਿ ਨਜ਼ਰ ਅੰਦਾਜ਼ੀ ਅਣਗਹਿਲੀ ਸਰਕਾਰਾਂ ਦੀ ਜੋ ਅੱਜ ਇਸ ਪਾਵਨ ਧਰਤੀ ਤੇ ਯਾਨੀ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਅੱਜ ਹੜ ਆਇਆ ਹੈ ਤੇ ਕਈ ਲੋਕਾਂ ਦੀ ਸੈਂਕੜੇ ਏਕੜ ਜ਼ਮੀਨ ਜੋ ਹੈ ਉਹ ਪਾਣੀ ਦੇ ਵਿੱਚ ਇਸ ਵੇਲੇ ਰੁੜ ਗਈ ਹੈ ਹੜ ਗਈ ਹੈ ਤੇ ਤੁਹਾਨੂੰ ਇੱਕ ਤਸਵੀਰ ਹੋਰ ਵਿਖਾਣਾ ਚਾਹਾਂਗੇ ਖੇਤਾਂ ਦੇ ਵਿੱਚ ਦੂਰ ਤੁਸੀਂ ਵੇਖ ਸਕਦੇ ਹੋ ਜੇ ਜ਼ੂਮ ਕਰਕੇ ਕੈਮਰਾ ਪਰਸਨ ਵਿਖਾਵੇ ਤਾਂ ਇਹ ਤਸਵੀਰਾਂ ਪੜੇ ਲਿਖੇ ਲੋਕਾਂ ਦੀ ਨਲਾਇਕੀ ਨੂੰ ਜਾਗਿ ਜ਼ਾਹਰ ਕਰਦੀਆਂ ਨਹੀਂ ਹੜ ਦੇ ਵਿੱਚ ਜੋ ਪਾਣੀ ਆਇਆ ਪਾਣੀ ਦੇ ਨਾਲ ਇਹ ਜੋ ਗੰਧ ਖੇਤਾਂ ਦੇ ਵਿੱਚ ਵੜਿਆ ਤੁਸੀਂ ਪਲਾਸਟਿਕ ਦੀਆਂ ਬੋਤਲਾਂ ਵੇਖ ਸਕਦੇ ਹੋ ਹਾਲਾਂਕਿ ਕਿਹਾ ਜਾਂਦਾ ਹੈ ਕਿ ਦਰਿਆਵਾਂ ਦੇ ਵਿੱਚ ਜਾਂ ਝੀਲਾਂ ਦੇ ਵਿੱਚ ਜਾਂ ਹੋਰ ਛੱਪੜਾਂ ਦੇ ਵਿੱਚ ਪਲਾਸਟਿਕ ਨੂੰ ਨਾ ਪਾਇਆ ਜਾਵੇ ਕਿਉਂਕਿ ਜੋ ਪੰਛੀ ਨੇ ਉਹ ਵੀ ਪਾਣੀ ਪੀਂਦੇ ਨੇ ਖਾਂਦੇ ਨੇ ਪਾਣੀ ਦੇ ਵਿੱਚੋਂ ਤੇ ਜੋ ਮੱਛੀਆਂ ਵੀ ਨੇ ਉਹ ਵੀ ਇਸ ਪਾਣੀ ਦੇ ਵਿੱਚ ਰਹਿੰਦੀਆਂ ਨੇ ਤੇ ਪਲਾਸਟਿਕ ਸਾਰਿਆਂ ਦੇ ਲਈ ਹਾਨੀਕਾਰਕ ਹੈ ਤੇ ਇਹ ਸਾਰਾ ਜੋ ਪਲਾਸਟਿਕ ਹੈ ਇਹ ਹੜ ਦੇ ਵਿੱਚ ਹੜਦਾ ਹੋਇਆ ਰੁੜਦਾ ਹੋਇਆ ਇਹਨਾਂ ਖੇਤਾਂ ਦੇ ਵਿੱਚ ਪਹੁੰਚ ਚੁੱਕਾ ਹੈ ਤੇ ਸੈਂਕੜੇ ਜੋ ਏਕੜ ਜ਼ਮੀਨ ਇਸ ਵੇਲੇ ਪਾਣੀ ਦੇ ਵਿੱਚ ਪਾਣੀ ਪਾਣੀ ਹੋਈ ਪਈ ਹੈ ਤੇ ਇਸ ਵੇਲੇ ਇਹਨਾਂ ਲੋਕਾਂ ਨੂੰ ਉਡੀਕ ਹੈ ਕਿ ਆਖਿਰ ਕਦੋਂ ਸਹੀ ਤਰੀਕੇ ਨਾਲ ਸਰਕਾਰ ਸਹੀ ਜਗ੍ਹਾ ਤੇ ਪੈਸੇ ਲਾਵੇਗੀ ਸਰ ਤੁਸੀਂ ਕਿਵੇਂ ਵੇਖਦੇ ਹੋ ਜੋ ਵੱਡਾ ਇੱਕ ਨੁਕਸਾਨ ਹੋਇਆ ਨੁਕਸਾਨ ਬਹੁਤ ਵੱਡਾ ਹੁੰਦਾ ਜੀ ਇਹ ਹਰ ਇੱਕ ਸਾਲ ਇਹ ਹੋ ਜਾਂਦਾ ਨੁਕਸਾਨ ਫਿਰ ਧਿਆਨ ਕਿਉਂ ਨਹੀਂ ਸਰਕਾਰਾਂ ਦਿੰਦੀਆਂ ਸਰਕਾਰਾਂ ਧਿਆਨ ਰਣ ਗੈਲੀ ਹੈ ਸਰਕਾਰਾਂ ਦੀ ਸਰਕਾਰਾਂ ਇਹਨਾਂ ਨੂੰ ਦੇਖਦੀਆਂ ਨਹੀਂ ਹੈ ਜੀ ਹੁਣ ਕੱਲ ਦੇ ਪਸ਼ੂ ਬਹੁ ਹੜ ਗਏ ਲੋਕਾਂ ਦੇ ਨੁਕਸਾਨ ਪਤਾ ਨਹੀਂ ਕਿੰਨਾ ਕਰੋੜਾਂ ਦਾ ਹੋ ਗਿਆ ਜ਼ਮੀਨ ਦਾ ਨੁਕਸਾਨ ਡੰਗੇ ਇੱਥੇ ਵਧੀਆ ਲੱਗਣੇ ਚਾਹੀਦੇ ਵਧੀਆ ਤਰੀਕੇ ਵਾਲੇ ਜਿਦਾਂ ਹਿਮਾਚਲ ਦੇ ਡੰਗੇ ਲੱਗੇ ਨਾ ਜੀ ਵਧੀਆ ਜਾਲ ਵਾਲੇ ਪੱਥਰ ਨਾਲ ਉਹ ਹੁਣ ਇਹ ਮਿੱਟੀ ਆਏ ਡੰਗੇ ਲਾਏ ਜਦ ਜਦ ਹੜ ਗਏ ਜੀ ਬਾਕੀ ਇਧਰ ਸਰਕਾਰਾਂ ਦੇਖਦੀਆਂ ਨਹੀਂ ਦੇਖਣਾ ਚਾਹੀਦਾ ਸਰਕਾਰ ਨੂੰ ਧਿਆਨ ਨੂੰ ਇਧਰ ਨੂੰ ਕਰਨਾ ਚਾਹੀਦਾ ਜਾਂ ਦਾ ਮੁੱਲ ਉਹਦਾ ਪਤਾ ਹੁੰਦਾ ਸਗਾਰਨੋਂ ਕੀਮਤ ਜਿਹੜੇ ਵੋਟਾਂ ਮੰਗਣ ਆਉਂਦੇ ਆ ਉਹਨਾਂ ਬੰਦਿਆਂ ਨੂੰ ਚਾਹੀਦਾ ਕਿ ਅਸੀਂ ਆਪਾਂ ਕੀ ਕਰ ਰਿਹਾ ਕੀ ਨਹੀਂ ਕਰ ਰਹੇ ਹੈਗੇ ਨੰਗਲ ਤੋਂ ਲੈ ਕੇ ਜਿੱਥੇ ਵੀ ਆਨੰਦਪੁਰ ਕੀਰਤਪੁਰ ਤੱਕ ਇਹ ਹੈਗਾ ਇੱਥੇ ਡੰਗੇ ਪੱਕੇ ਲੱਗਣੇ ਚਾਹੀਦੇ ਆ ਨੰਗਲ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਹਾਂ ਇਹ ਜਿੱਥੇ ਜਿਆਦਾ ਦਰਿਆ ਦਾ ਜਿੱਥੇ ਨੁਕਸਾਨ ਜਿਆਦਾ ਹੋ ਰਿਹਾ ਦੇਲੀਆਂ 'ਚ ਹਰ ਇੱਕ ਸਾਲ ਨੁਕਸਾਨ ਹੁੰਦਾ ਇੱਕ ਸਾਲ ਦਾ ਤਾਂ ਹੈ ਨਹੀਂ ਜੀ ਅੱਜ ਕੱਲ ਲੋਕ ਸਰਕਾਰਾਂ ਤਮਾਸ਼ਾ ਦੇਖ ਕੇ ਵਾਪਸ ਚੱਲ ਜਾਂਦੇ ਆ ਵਾਪਸ ਮੁੜ ਕੇ ਫੇਰ ਉਹੀ ਕੰਮ ਹੋ ਜਾਂਦਾ ਜੀ ਇਸ ਦੇ ਨਾਲ ਇੱਕ ਹੋਰ ਇਕਨੋਮਿਕਲੀ ਲੋਸ ਇੱਕ ਹੋਰ ਹੈ ਦਰਿਆ ਦੇ ਨਾਲ ਪਹਿਲਾਂ ਘਰਾਟ ਹੁੰਦੇ ਸੀ ਜਿੱਥੇ ਕਿ ਲੋਕ ਆਪਣੇ ਚੱਕੀਆਂ ਜੋ ਚਲਾਉਂਦੇ ਸੀ ਮੱਕੀ ਦਾ ਆਟਾ ਕਣਕ ਦਾ ਆਟਾ ਘਰਾਟਾ ਦਾ ਬਹੁਤ ਮਸ਼ਹੂਰ ਹੁੰਦਾ ਸੀ ਲੋਕਾਂ ਦੀ ਜ਼ਮੀਨ ਦੇ ਵਿੱਚ ਘਰਾਟ ਚੱਲਦੇ ਸੀ ਘਰਾਟ ਤਾਂ ਉਹ ਕੀ ਦੇਖ ਰਹੇ ਨੇ ਲੋਕਾਂ ਦੀਆਂ ਜ਼ਮੀਨਾਂ ਹੀ ਨਹੀਂ ਰਹੀਆਂ ਤੇ ਤੁਸੀਂ ਦੇਖੋ ਜਿਸ ਤਰ੍ਹਾਂ ਕੱਚਾ ਬੰਨ ਲੱਗਿਆ ਹੋਇਆ ਹੈ ਕੱਚਾ ਬੰਨ ਤੁਸੀਂ ਦੇਖੋ ਕਿਵੇਂ ਖੁਰ ਚੁੱਕਾ ਹੈ ਇਹ ਘਟੋ ਘਟ ਕਟੋ-ਕਟੇ 4 ਫੁੱਟ ਜੋ ਹੈ ਪੂਰਾ ਬੰਨ ਜੋ ਹੈ ਖੁਰ ਚੁੱਕਾ ਹੈ ਇਹ ਮਿੱਟੀ ਦਾ ਇਹ ਉਹ ਵਾਲਾ ਬੰਨ ਹੈ ਜਿੰਨਾ ਕਿ ਪ੍ਰਸ਼ਾਸਨ ਨੇ ਬਣਾਇਆ ਸੀ ਤੇ ਜਿੱਥੇ ਆਪਾਂ ਖੜੇ ਆ ਇਹ ਲੋਕਾਂ ਨੇ ਆਪਣੀ ਮਿੱਟੀ ਪਾਈ ਹੈ ਲੋਕਾਂ ਦੇ ਖੇਤ ਨੇ ਲੋਕਾਂ ਨੇ ਆਪਣੇ ਵੱਲੋਂ ਮਿੱਟੀ ਪਾਈ ਤਾਂ ਕਿ ਸਾਡੇ ਖੇਤ ਬਚ ਸਕਣ ਪਰ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਪਾਣੀ ਆਪਣਾ ਫਲੋ ਐਸਾਈਡ ਲੈ ਕੇ ਆਇਆ ਲੋਕਾਂ ਦਾ ਆ ਬੇਸ਼ੱਕ ਬਚ ਗਿਆ ਪਰ ਲੋਕਾਂ ਦੀ ਆ ਦੇਖੋ ਧਾਨ ਦੇ ਵਿੱਚ ਕਟੋ-ਕਟ ਵਿੱਚ 6-6 ਫੁੱਟ ਜੋ ਪਾਣੀ ਹੈ ਲੋਕਾਂ ਦੀ ਮੱਕੀ ਦੀ ਫਸਲ ਜੋ ਹੈ ਉਹ ਵੀ ਡੁੱਬ ਚੁੱਕੀ ਘਰਾਟਾ ਦੀ ਗੱਲ ਕਰਦੇ ਇੱਥੇ ਦੇ ਲੋਕ ਬਹੁਤ ਜ਼ਿਆਦਾ ਗਰੀਬ ਨੇ ਲੋਕ ਆਪਣੇ 2 ਰੁਪਏ 3 ਰੁਪਏ ਕਿਲੋ ਘਰਾਟ ਦਾ ਆਟਾ ਉਹਦੀ ਪਸਾਈ ਲੈਂਦੇ ਨੇ ਤੇ ਲੋਕਾਂ ਦੇ ਕੰਨ ਨਾ ਰਹਾ ਕਹਿੰਦੇ ਬਾਸ ਨਾ ਰਹੇਗੀ ਬੰਸਰੀ ਗੱਲ ਉਹੀ ਹੋਈ ਹੈ ਲੋਕਾਂ ਦੀਆਂ ਜ਼ਮੀਨਾਂ ਨਹੀਂ ਰਹੀਆਂ ਲੋਕਾਂ ਨੇ ਮਾੜੇ ਮੋٹے ਪਪੂਲਰ ਲਾਏ ਸੀ ਉਹ ਵੀ ਹੜ੍ਹ ਗਈ ਲੋਕਾਂ ਦੇ ਘਰਾਟ ਵਾਲੀਆਂ ਜਿਹੜੀਆਂ ਮਸ਼ੀਨਾਂ ਚੱਕੀਆਂ ਉਹ ਤਾਂ ਪਾਣੀ ਦੇ ਵਿੱਚ ਦਿਖ ਹੀ ਨਹੀਂ ਰਹੀਆਂ ਉਹ ਦੇਖੋ ਸਾਹਮਣੇ ਟਿੱਲਾ ਜਾ ਰਿਹਾ ਇੱਕ ਪਾਣੀ ਦਾ ਜੇ ਦੇਖੋਗੇ ਤਾਂ ਉਹ ਪਾਣੀ ਦੇ ਵਿੱਚ ਇੱਕ ਵੱਡੀ 3-4 ਫੁੱਟ ਦੀ ਹੋਈ ਜ਼ਮੀਨ ਜਾ ਰਹੀ ਹੈ ਇੱਕ ਤਰ੍ਹਾਂ ਦੀ ਜੇ ਦੇਖੋ ਤਾਂ ਉਹ ਮਿੱਟੀ ਵੀ ਨਾਲ ਹੜ ਗਈ ਤੇ ਲੋਕਾਂ ਦੀ ਜ਼ਮੀਨ ਵੀ ਹੜ ਗਈ ਹੁਣ ਇਹ ਨਹੀਂ ਪਤਾ ਵੀ ਪਾਣੀ ਦਾ ਲੈਵਲ ਜਦੋਂ ਇਹ ਘਟ ਹੋਏਗਾ ਕਿ ਲੋਕਾਂ ਦੇ ਫਸਲ ਜੋ ਹੈ ਉਹ ਪਾਣੀ ਦੇ ਵਿੱਚ ਐਦਾ ਹੀ ਖੜੀ-ਖੜੀ ਪੱਕੀ ਹੋਈ ਫਸਲ ਖਰਾਬ ਹੋ ਜੇਗੀ ਜਾਂ ਫਿਰ ਲੋਕਾਂ ਨੂੰ ਮੁਆਵਜ਼ਾ ਮਿਲੇਗਾ ਵੈਸੇ ਦਾ ਪਿਛਲੇ ਸਾਲ ਤੋਂ ਸਾਡੇ ਜਦੋਂ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਮੁਆਵਜ਼ੇ ਦੀ ਦਾ ਕੋਈ ਆਪਾਂ ਮੰਗ ਕਰ ਹੀ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਨਾਲ ਵੀ ਜਦੋਂ ਆਪਾਂ ਐਸਡੀਐਮ ਨਾਲ ਜਾਂ ਡੀਸੀ ਨਾਲ ਵੀ ਗੱਲ ਕਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿੰਨੇ ਲੋਕਾਂ ਦੇ ਕਿੰਨੇ ਲੋਕ ਹੜ ਚੁੱਕੇ ਆ ਕਿੰਨੇ ਅਸਲ ਵਿੱਚ ਕਿੰਨਾ ਨੁਕਸਾਨ ਹੋਇਆ ਇਸ ਦਾ ਇਸ ਦਾ ਆਂਕੜਾ ਸਰਕਾਰ ਕੋਲ ਪ੍ਰਸ਼ਾਸਨ ਕੋਲ ਨਹੀਂ ਹੁੰਦਾ ਨਹੀਂ ਹੈ ਹਜੇ ਤੱਕ ਨਹੀਂ ਹੈ ਪੋਸਾਕ ਦਾ ਆਉਣ ਵਾਲੇ ਟਾਈਮ ਦੇ ਵਿੱਚ ਆ ਜਵੇ ਪਰ ਐਕਚੁਅਲ ਜੋ ਫਿਗਰ ਹੈ ਜਿਸ ਤਰ੍ਹਾਂ ਦੇ ਲੋਕ ਦੱਸ ਰਹੇ ਐ ਲੋਕ ਕੁਝ ਹੋਰ ਦੱਸ ਲਿਆ ਐ ਐਕਚੁਅਲਟੀ ਜੋ ਕੁਝ ਹੋ ਰਿਹਾ ਸਚਾਈ ਕੁਝ ਹੋਰ ਹੈ ਤੇ ਪ੍ਰਸ਼ਾਸਨ ਕੁਝ ਹੋਰ ਦੱਸ ਰਿਹਾ ਅਸਲ ਤਸਵੀਰ ਕੁਝ ਹੋਰ ਹੈ ਜੀ ਲੋਕਾਂ ਦਾ ਕੁਝ ਹੋਰ ਕਹਿਣਾ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਨਾਲ ਬੀਤੀ ਹੈ ਉਹ ਸੱਚ ਦੱਸਦੇ ਨੇ ਬਾਕੀ ਪ੍ਰਸ਼ਾਸਨ ਦੇ ਆਂਕੜੇ ਸਰਕਾਰ ਦੇ ਆਂਕੜੇ ਕੁਝ ਹੋਰ ਹੁੰਦੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਫੰਡ ਫੰਡ ਲਾ ਕੇ ਇਦਾਂ ਦੀਆਂ ਕੱਚੀਆਂ ਜੋ ਰਾਹਾਂ ਨੇ ਕੱਚੇ ਬਾਨਿਓ ਬਣਾਈ ਹੁੰਦੀ ਨੇ ਤੁਹਾਨੂੰ ਮੈਂ ਵਿਖਾਣਾ ਚਾਹਾਂਗਾ ਕਿ ਸਿਰਫ ਇੱਕ ਅੱੱਚੇ ਬੰਜੋ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਮਾਰ ਨਾਲ ਆਰਾਮ ਨਾਲ ਇਹ ਟੁੱਟ ਗਏ ਵਹਿ ਗਏ ਜਿਸ ਕਰਕੇ ਕਿ ਸੈਂਕੜੇ ਏਕੜ ਜ਼ਮੀਨ ਜੋ ਹੈ ਉਹ ਫਿਲਹਾਲ ਪਾਣੀ ਪਾਣੀ ਹੋਈ ਪਈ ਹੈ ਤੇ ਇੱਕ ਤਸਵੀਰ ਜੋ ਤੁਹਾਨੂੰ ਇੱਕ ਹੋਰ ਅਸੀਂ ਦਿਖਾਈਏ ਪਲਾਸਟਿਕ ਕੀ ਪਲਾਸਟਿਕ ਤੇ ਇਹ ਵੀ ਸਾਡੇ ਪੜ੍ਹੇ ਲਿਖੇ ਲੋਕਾਂ ਦੀ ਇਹ ਨਲਾਕੀ ਇੱਕ ਇਹ ਪਲਾਸਟਿਕ ਦੇ ਰਾਹੀਂ ਸਾਹਮਣੇ ਆਈ ਹੈ ਕਿਉਂਕਿ ਪਲਾਸਟਿਕ ਖਤਰਨਾਕ ਹੈ ਪਲਾਸਟਿਕ ਅਜਿਹੀ ਚੀਜ਼ ਹੈ ਜੋ ਕਈ ਸਾਲਾਂ ਤੱਕ ਸੈਂਕੜੇ ਸਾਲਾਂ ਤੱਕ ਗਲਤੀ ਨਹੀਂ ਫਿਰ ਵੀ ਅਸੀਂ ਸੁਧਰਦੇ ਨਹੀਂ ਤੇ ਫਿਲਹਾਲ ਜਿਹੜੀ ਕੱਚੀ ਕੱਚਾ ਬਣ ਇਹ ਬਣਿਆ ਹੋਇਆ ਇਸ ਤੇ ਇਹ ਵੀ ਦੋਫਾਲ ਹੋਣ ਦੇ ਰਾਤੇ ਹਾਲਾਂਕਿ ਪਹਿਲਾਂ ਹੀ ਟੁੱਟ ਚੁੱਕੀ ਹੈ ਬਨ ਮੋਟਰ ਤੁਸੀਂ ਵੇਖ ਸਕਦੇ ਹੋ ਪਾਣੀ ਦੇ ਵਿੱਚ ਡੁੱਬੀ ਪਈ ਹੈ ਮੋਟਰ ਤੇ ਇਹ ਲੋਕਾਂ ਦੀਆਂ ਜ਼ਮੀਨਾਂ ਦੇ ਹਾਲ ਨੇ ਜੋ ਹੜ ਆਉਣ ਤੋਂ ਬਾਅਦ ਹੁਣ ਤਸਵੀਰ ਸਾਹਮਣੇ ਆ ਰਹੀ ਹੈ ਹੁਣ ਰੱਬ ਦੀ ਮਿਹਰ ਨਾਲ بارش ਰੁਕੀ ਹੈ ਫਿਲਹਾਲ ਹਾਲਾਂਕਿ ਗੇਟ ਪਾਖੜਾ ਡੈਮ ਦੇ ਖੁੱਲੇ ਹੋਏ ਨੇ ਕਿਉਂਕਿ ਪਾਖੜਾ ਡੈਮ ਵੀ ਆਪਣੇ ਜੋ ਡੇਂਜਰ ਲੈਵਲ ਹੈ ਉਸ ਦੇ ਨੇੜੇ ਪਹੁੰਚਿਆ ਹੋਇਆ ਹੈ ਉਸ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸਿਆਣੇ ਜੁਨੇ ਸੁਝਵਾਨ ਲੋਕ ਇਹ ਵੀ ਦੱਸਦੇ ਨੇ ਜੇਕਰ ਬਰਸਾਤ ਹੋ ਰੌਂਦੀ ਹੈ ਜੇ ਪਾਣੀ ਹੋਰ ਛੱਡਿਆ ਜਾਂਦਾ ਸਤਲੁਜ ਦੇ ਵਿੱਚ ਕਿਉਂਕਿ ਮੇਰੇ ਠੀਕ ਪਿੱਛੇ ਜੋ ਬੰਨ ਟੁੱਟਿਆ ਪਿਆ ਹੈ ਉਸਨੇ ਕਈ ਪਿੰਡਾਂ ਨੂੰ ਆਪਣੀ ਜ਼ਾਦੇ ਵਿੱਚ ਲਿਆ ਹੈ ਤੇ ਜੇਕਰ ਪਾਣੀ ਦਾ ਲੈਵਲ ਹੋਰ ਵੱਧਾ ਹੈ ਬਰਸਾਤ ਹੋਰ ਹੁੰਦੀ ਹੈ ਜਾਂ ਭਾਖੜਾ ਡੈਮ ਚੋਂ ਪਾਣੀ ਹੋਰ ਛੱਡਿਆ ਜਾਂਦਾ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਪਾਣੀ ਸਤਲੁਜ ਦਾ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਾ ਕੇ ਮਾਰ ਕਰੇਗਾ ਫਿਲਹਾਲ ਵੇਖਣਾ ਇਹ ਰਹੇਗਾ ਕਿ ਹਾਲਾਂਕਿ 100 ਕਰੋੜ ਰਪਈ ਦਾ ਐਲਾਨ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਹੈ ਪਰ ਕੀ ਹਰਜਾਨੇ ਹੀ ਪਰਦੇ ਰਹਿਣਗੇ ਜਾਂ ਫਿਰ ਅਸਲ ਜ਼ਮੀਨੀ ਤੌਰ ਤੇ ਕੋਈ ਕੰਮ ਵੀ ਕੀਤਾ ਜਾਵੇਗਾ ਤਾਂ ਜੋ ਹਰਜਾਨੇ ਦੇਣ ਦੀ ਜਗਾ ਲੋਕਾਂ ਦੇ ਕੰਮ ਕੀਤੇ ਜਾਣ ਤੇ ਵੋਟ ਮੰਗਣ ਜਦੋਂ ਦੁਬਾਰਾ ਸਿਆਸਤਦਾਨ ਲੋਕਾਂ ਦੇ ਕੋਲ ਜਾਣ ਤਾਂ ਲੋਕ ਉਹਨਾਂ ਨੂੰ ਇਹ ਸਵਾਲ ਨਾ ਪੁੱਛਣ ਕਿ ਵੋਟਾਂ ਤੋਂ ਬਾਅਦ ਤੁਸੀਂ ਕਿੱਥੇ ਗੁਮ ਹੋ ਗਏ ਸੀ ਕੈਮਰਾ ਪਰਸਨ ਸੁਰਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਢਿੱਲੀ ਪੋਸਟ ਪੰਜਾਬੀ ਸ਼੍ਰੀ ਅੰਦੂਰ ਸਾਹਿਬ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ ਯੂਨੋ ਐਸ ਡੀ ਐਸ ਨੋਨ ਐਸ ਡੀ ਐਸ ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਆਇਲਸ ਇੱਕ ਮੋਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾਰਿਆ ਆਪਣੇ ਸ਼ਹਿਰ 'ਚ ਹੋ ਰੇ ਸੈਮੀਨਾਰ ਦਾ ਹਿੱਸਾ ਬਣੋ ਹੁਣੇ ਕਾਲ ਕਰੋ 904199040